सो यूके की गल करिए चंगे रिजल्ट यूके तो मिलते ही ने, पर गल अज आप खास तौर पर जी एन एम वाले की भी करांगे। सवाल बहुत सारे आए हैं कि चंगिया ऑप्शन जी एन एम वाले भी अवेलेबल ने, किस तरह अपने फ्यूचर जो है ब्राइट कर सकते हैं यूके दे विच। ते नाल दी नाल गल कुछ आप करांगे जरूर जिहड़े सप्टेंबर इनटेक नूं लैके रिजल्ट आ रहे हैं, किस तरह का ट्रेंड बनया होया है उस उपर भी कई गल्लां तुहाडा सांझियां करांगे। बहुत बहुत स्वागत है तुहाडा सारयां दा, मैं हाँ हरजोत कौर, ते अज पूरी इनफॉर्मेशन तुहाडे नाल सांझी करन जा रहे हैं नैविगेटर ओवर सो वीजा एक्सपर्ट मिसेस वीना गोयल मैम साडे नाल ने। बहुत बहुत स्वागत है मैम, सत श्री अकाल। सत श्री अकाल सारयां नूं जी। सो मैम, सब तो पहला जे आपां अज गल करिए जी एन एम की गल जरूर करना चाहूँगी। लगातार काफ़ी टाइम तो साढ़े को सवाल आ रहे थे, पर मैं अज की वीडियो विच तुहाडे तो ही इसका जवाब लेना चाहांगे कि जी एन एम वालियां लई किन्नियां चंगियां ऑप्शनस और फ्यूचर नूं फ्यूचर की सैटलमेंट लई यूके नूं किस तरह नाल देखा जाए। देखो, कोई भी जी एन एम वर्ल्ड दे विच उन्हां दी रिक्वायरमेंट नर्सिंग स्टूडेंट्स की हमेशा ही होंदी है जी, नॉट ओनली इन यूके, एनीवेयर इन द वर्ल्ड। एक तो दो साल का एक्सपीरियंस है और डायरेक्ट ही जा सकते हैं काम करन, एक बहुत ही अच्छी ऑप्शन रहती है उन्होंने कोल। जे मान लो उन्होंने कोल एक्सपीरियंस नहीं है, बैचुलर ऑफ नर्सिंग करना चाहते हो, यूके दे विच करना चाहते हैं, तो उन्होंने आईएलटीएस स्कोर 6.5 नॉट लैस दैन 6 होना चाहिए जी। हुण मान लो वो स्कोर नहीं आता तो फिर इन्हों की की सोल्यूशन है, फिर इन्हों का बैचुलर ऑफ हैल्थ साइंस हो जाता है 6 बैंड नॉट लैस दैन 5.5 बैंड जी। तो यह इन्हों की ऑप्शन होंगी है, क्योंकि जी बाहर की कंट्री तुम जा रहे हो आईएलटीएस एक मापदंड है तुहाडे इंग्लिश दे समझन दा, इंग्लिश दे पढ़न दा, सुनन दा और लिखन दा, क्योंकि जिहड़ी कंट्री च आपां जा रहे हां हैल्थ तों रिलेटिड थोड़े जिहे स्ट्रिक्ट हुंदे आ। रीज़न बिंग कि जिहड़े आपां पेशेंट नूं मिलना उह लोकल पेशेंट है, उह अपनी लैंग्वेज नहीं समझदा, ਆਪਾਂ ਨੂੰ ਉਹਨਾਂ ਦੀ ਲੈਂਗੁਏਜ ਸਮਝਣੀ ਹੈ, ਉਹਨਾਂ ਨੂੰ ਲਿਖ ਕੇ ਵੀ ਦੇਣਾ ਪੇਸ਼ੈਂਟ ਨੂੰ, ਬਿਲਕੁਲ ਠੀਕ ਹੈ, ਉਹਨਾਂ ਦਾ ਸੁਣਨਾ ਵੀ ਹੈ। ਇਹ ਬਹੁਤ ਇੰਪੋਰਟੈਂਟ ਦੋ ਮੋਡਿਊਲ ਹੁੰਦੇ ਆ, ਜਿਹੜਾ ਲਿਖਣਾ ਔਰ ਉਹਨਾਂ ਦਾ ਸੁਣਨਾ, ਔਰ ਜਿਹੜਾ ਤੁਸੀਂ ਬੋਲਣਾ ਉਹ ਉਹਨਾਂ ਨੇ ਸਮਝਣਾ, ਅਤੇ ਸਪੀਕਿੰਗ ਆ ਜਾਂਦੀ ਹੈ। ਅਤੇ ਇਸ ਕਰਕੇ ਇਹਨਾਂ ਦੇ ਜਿਹੜੇ ਆ ਆਇਲਸ ਬਹੁਤ ਇੰਪੋਰਟੈਂਟ ਹੈ ਹੈਲਥ ਤੋਂ ਰਿਲੇਟਿਡ। ਜੇ ਆਪਾਂ ਯੂਕੇ ਦੀ ਗੱਲ ਕਰ ਰਹੇ ਹਾਂ ਤਾਂ ਇਹ ਫਿਰ ਹਾਫ ਬੈਂਡ ਕੰਮ ਲੈ ਰਹੇ ਆ, ਜੇ ਮੈਂ ਆਸਟ੍ਰੇਲੀਆ ਵਿੱਚ ਬੱਚੇ ਨੂੰ ਭੇਜੂੰਗੇ ਤਾਂ 7 ਬੈਂਡ ਈਚ ਮੰਗਣਗੇ, ਇਸ ਕਰਕੇ ਯੂਕੇ ਥੋੜ੍ਹਾ ਜਿਹਾ ਕੰਫਰਟੇਬਲ ਹੈ ਫਿਰ ਵੀ ਕੰਮ ਕਰਨ ਵਾਸਤੇ। ਠੀਕ ਹੈ, ਬਿਲਕੁਲ। ਸੋ ਅੱਗੋਂ ਆਪਾਂ ਹੁਣ ਚਲੋ ਸਪਟੈਂਬਰ ਇਨਟੇਕ ਨੂੰ ਵੀ ਦੇਖੀਏ, ਤਾਂ ਬਾਕੀ ਜਿਹੜੇ ਸਟੂਡੈਂਟਸ ਨੇ ਜਿਹਨਾਂ ਹਜੇ ਵੀ ਸਪਟੈਂਬਰ ਇਨਟੇਕ 'ਚ ਜਾਂ ਬੱਚੇ ਦੇ ਕੋਲ ਫਾਈਨੈਂਸ਼ੀਅਲ ਰੇਡੀ ਹੈ ਜੀ ਔਰ ਫੀਸ ਰੇਡੀ ਹੈ, ਅਤੇ 2-4 ਘੰਟੇ 'ਚ ਹੀ ਆਫਰ ਲੈਟਰ ਇਸ਼ੂ ਕਰ ਰਹੇ ਆ, ਬਟ ਵਿਦ ਇਨ ਦਿਸ ਵੀਕ ਓਨਲੀ। ਠੀਕ ਹੈ, ਠੀਕ ਹੈ, ਠੀਕ ਹੈ, ਕਿਉਂਕਿ ਆਪਾਂ ਅਗਸਤ 'ਚ ਆ ਚੁੱਕੇ ਹਾਂ ਔਰ ਸੈਪਟੈਂਬਰ ਅਗਲੇ ਮਹੀਨੇ ਜਿਹੜੀ ਹੈ ਕਲਾਸਾਂ ਸ਼ੁਰੂ ਹੋ ਰਹੀਆਂ, ਉਹਦੇ ਬਾਅਦ ਜੈਨ ਇਨਟੇਕ ਹੈ। ਜੇ ਨਹੀਂ ਤੁਹਾਡੇ ਕੋਲ ਕੁਛ ਰੇਡੀ ਹੈ ਤਾਂ ਫਿਰ ਤੁਸੀਂ ਜੈਨ ਇਨਟੇਕ 'ਚ ਅਪਲਾਈ ਕਰ ਸਕਦੇ ਹੋ। ਰੀਜ਼ਨ ਬੀਂਗ ਕਿ ਪੋਸਟ ਸਟੱਡੀ ਵਰਕ ਪਰਮਿਟ 2 ਸਾਲ ਦਾ ਦੇ ਰਹੀ ਹੈ ਯੂਕੇ ਗਵਰਨਮੈਂਟ, ਜੋਬ ਅਪਰਚੁਨਿਟੀ ਬਹੁਤ ਜ਼ਿਆਦਾ ਹੈ। ਤੁਸੀਂ ਸੁਣਿਆ ਹੋਏਗਾ ਕਿ ਕੋਰਸ ਲੈ ਕੇ ਮਤਲਬ ਵਰਕ ਪਰਮਿਟ ਲੈ ਕੇ ਬੱਚੇ ਜਾ ਰਹੇ ਹੈ, ਅਤੇ ਇਹਦਾ ਮਤਲਬ ਜੋਬ ਅਪਰਚੁਨਿਟੀਜ਼ ਕਿੰਨੀ ਜ਼ਿਆਦਾ ਤਾਂ ਹੀ ਉਹ ਕੋਰਸ ਲੈ ਕੇ ਜਾ ਰਹੇ ਹਨ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਅਤੇ ਮੈਮ, ਜਿਹੜੇ ਕੁਛ ਕੁ ਸਟੂਡੈਂਟਸ ਦੇ ਵੀ ਸਵਾਲ ਨੇ ਕਿ ਜਿਹੜੀ ਪ੍ਰੀ ਕੈਸ ਇੰਟਰਵਿਊ ਆ ਰਹੀ ਹੈ ਉਸ ਬਾਅਦ ਕੈਸ ਲੈਟਰ ਕਿੰਨੇ ਟਾਈਮ ਬਾਅਦ ਆ ਜਾਂਦੀ ਹੈ, ਔਰ ਦੂਸਰਾ ਇੰਟਰਵਿਊ ਸ਼ਬਦ ਤੋਂ ਹੀ ਸਟੂਡੈਂਟ ਹਮੇਸ਼ਾ ਘਬਰਾ ਜਾਂਦਾ, ਅਤੇ ਉਸਨੂੰ ਲੈ ਕੇ ਤੁਸੀਂ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੀ ਹਲੇ ਪ੍ਰੀ ਕੈਸ ਇੰਟਰਵਿਊ ਹੋਣੀ ਹੈ, ਕਿਹੜੀ ਗੱਲਾਂ 'ਤੇ ਉਹ ਧਿਆਨ ਜ਼ਰੂਰ ਰੱਖਣ? ਇੰਟਰਵਿਊ 'ਚ ਘਬਰਾਉਣ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਜਦ ਸਟੂਡੈਂਟ ਮੇਰੇ ਕੋਲ ਆਉਂਦਾ ਸਮਝੋ ਜਾਂ ਮੇਰੇ ਸਟਾਫ ਕੋਲ ਆਉਂਦਾ, ਉਹ 3-4 ਕੁਸ਼ਚਨ ਉਹ ਵੀ ਪੁੱਛਦੇ ਆ, ਤੁਸੀਂ ਇਸ ਕੋਰਸ ਕਿਹੜਾ ਕੋਰਸ ਕਰਨਾ, ਕਿਹੜੀ ਯੂਨੀਵਰਸਿਟੀ ਜਾਣਾ, ਹੈ ਨਾ, ਕਿੰਨੀ ਫੀਸ ਹੈ ਤੁਹਾਡੀ, ਮਤਲਬ ਤੁਹਾਡੀ ਅਫੋਰਡ ਕਰ ਸਕਦੇ ਹੋ। ਤਾਂ ਜਿੱਦਾਂ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਜਿਹੜਾ ਇੰਟਰਵਿਊ ਲੈ ਰਿਹਾ ਉਹ ਵੀ ਗੱਲਬਾਤ ਹੀ ਕਰ ਰਿਹਾ, ਉਹ ਵੀ ਇਹੀ ਪੁੱਛਦਾ ਕਿ ਤੁਹਾਡੇ ਜਿਹੜੀ ਯੂਨੀਵਰਸਿਟੀ ਕਿਹੜੀ ਹੈ, ਮਤਲਬ ਬੱਚੇ ਨੂੰ ਪਤਾ ਹੈ ਕਿ ਨਹੀਂ ਹੈ, ਅੱਛਾ ਕੋਰਸ ਕਿਹੜਾ ਲਿਆ, ਉਹ ਕੋਰਸ ਕਰਕੇ ਬੈਨੀਫਿਟ ਕੀ ਮਿਲੇਗਾ ਔਰ ਫੀਸ ਕਿੰਨੀ। 4 ਗੱਲਾਂ ਤੋਂ ਤਾਂ ਕੋਈ ਵੀ ਬੱਚਾ ਘਬਰਾ ਨਹੀਂ ਸਕਦਾ ਜਿਨ੍ਹਾਂ ਦੇ ਆਇਲਟਸ ਦੇ ਬੈਂਡ 6 ਹੈ ਜਾਂ 5.5 ਹੈ, ਕਿਉਂਕਿ ਯੂਕੇ ਦੀ ਰਿਕੁਆਇਰਮੈਂਟ 5.5 ਨੋਟ ਲੈਸ ਦੈਨ 5.5 ਹੈ, ਅਤੇ ਜੇ ਇੰਨਾ ਕਹਿ ਤਾਂ ਫਿਰ ਤਾਂ ਬੱਚਾ ਕੋਈ ਵੀ ਨਹੀਂ ਘਬਰਾਉਂਦਾ। ਜਿਹੜੇ ਬੱਚੇ ਨੇ ਬਿਲਕੁਲ ਹੀ ਨਹੀਂ ਪੜ੍ਹਿਆ ਉਹ ਘਬਰਾਏਗਾ, ਅਦਰਵਾਈਜ਼ ਉਹ ਨੋਰਮਲ ਗੱਲਬਾਤ ਕਰਦੇ ਆ ਉਹ ਸਮਝਣਾ ਚਾਹੁੰਦੇ ਆ ਬੱਚੇ ਨੂੰ ਕਿ ਉਹਨੂੰ ਪਤਾ ਹੈ ਨਾ ਉਹ ਪੜ੍ਹਨ ਜਾ ਰਿਹਾ ਕਿ ਏਅਰਪੋਰਟ 'ਤੇ ਵੀ ਕੁਸ਼ਚਨਿੰਗ ਹੋ ਸਕਦੀ ਹੈ ਅਤੇ ਉਹਨੂੰ ਵੀ ਇਹ ਪਤਾ ਹੋਵੇ। ਜੀ 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 ਬਿਲਕੁਲ। ਅਤੇ ਮੈਮ, ਆਪਾਂ ਸਪਟੰਬਰ ਲਈ ਹਲੇ ਵੀ ਕੀ ਦੇਖਦੇ ਹੋ ਜਿਹੜੇ ਸਟੂਡੈਂਟ ਹਲੇ ਮਨ ਬਣਾ ਰਹੇ ਨੇ ਚਾਂਸਿਸ, ਪਲੱਸ ਆਪਾਂ ਰਿਜ਼ਲਟਸ ਅਗਰ ਦੀ ਰਿਜ਼ਲਟਸ ਦੀ ਵੀ ਗੱਲ ਕਰੀਏ ਕਿੰਨੇ ਕੁ ਪੋਜ਼ਿਟਿਵ ਰਹਿ ਰਹੇ ਨੇ? ਯੂਕੇ ਦਾ ਤਾਂ ਦੇਖੋ 100% ਪੋਜ਼ਿਟਿਵ ਰਿਜ਼ਲਟ ਹੈ ਜੀ ਜੀ, ਯੂਕੇ ਦਾ ਨੈਗੇਟਿਵ ਰਿਜ਼ਲਟ ਨਹੀਂ ਹੈ। ਨੈਗੇਟਿਵ ਮੈਂ ਇੱਕ ਬੱਚੇ ਦਾ ਦੇਖਿਆ ਜੇ ਕਿਸੇ ਦੇ ਥਰੂ ਆਇਆ ਸੀ ਬੱਚੇ ਦੇ ਰਿਜੈਕਸ਼ਨ ਲੈ ਕੇ ਆਪ, ਕਿਉਂਕਿ ਉਹਨੇ ਜਿਹੜੇ ਫੰਡ ਆਪਣੇ ਫਾਦਰ ਇਨ ਲਾ ਦੇ ਲਗਾਏ ਸੀ ਸਟੂਡੈਂਟ ਨੇ, ਉਹਦੇ ਆਪਦੇ ਪੇਰੈਂਟ
पेरेंट्स दे बायोलॉजिकल जी, बायोलॉजिकल दा मतलब जेडे आप दे पेरेंट्स है उन्होंने बर्थ सर्टिफिकेट मंगते कि उन्होंने स्पॉन्सर किए उन्होंने रोल है या स्टूडेंट के अकाउंट 28 डेज ओल्ड फंड हो तो वह कोई रिजेक्शन नहीं है क्यों और जी है कैश होनी चाहिए 10 पॉइंट कैश के होंगे 30 पॉइंट इन्हों फाइनैशियल डॉक्यूमेंट्स 40 पॉइंट्स का वीजा होंगे तो इन्हों कोई भी रिजेक्शन नहीं जी बिल्कुल। सो इसलिए हर एक पॉइंट पर ध्यान रखना बहुत ज़्यादा जरूरी है, अवेयर होना हर एक गल नूं लैके बहुत जरूरी है और एक चंगे कंसल्टेंट की सलाह तो सब तो ज़्यादा जरूरी है। कोई डाउट है अगर तुसी एडमिशन बारे सोच रहे हो और January 2024 चाहे एडमिशन चाहते हो हुणे तो अपना प्रोसैस तुसी शुरू करवा सकते हो, इस नंबर पर कॉल कर लो नैविगेटर ओवरसीज तो पूरा प्रोसैस समझ के चंगा होएगा। जेकर तुसी अपने डॉक्यूमेंट्स लैके विजिट करते हो असैसमेंट करवाने हो तो सही ढंग दे नाल सही ऑप्शन बारे जाण के तुसी अपने प्रोसैस नूं अगे ਦੱਸ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਯੂਕੇ ਨੂੰ ਲੈ ਕੇ ਕਾਫੀ ਖਾਸ ਗੱਲਾਂ ਸਟੂਡੈਂਟਸ ਨੂੰ ਦੱਸੀਆਂ ਨੇ। ਸੋ ਅਸੀਂ ਅੱਗੋਂ ਵੀ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ।